ਦੋ ਪੁੱਤਾਂ ਦੀ ਮਾਂ ਤੇ ਮਾਂ ਦੀ ਇੰਨੀ ਮਾੜੀ ਕਿਸਮਤ, ਇੱਕ ਪੁੱਤ ਨੇ ਉਸਦਾ ਕਤਲ ਕਰ ਦਿੱਤਾ ਅਤੇ ਦੂਸਰਾ ਪੁੱਤ ਉਸਦਾ ਸੰਸਕਾਰ ਕਰਵਾਉਣ ਦੇ ਵਿੱਚ ਅਸਮਰੱਥ ਹੈ। ਇੱਕ ਅਜਿਹਾ ਪੁੱਤ ਜਿਸ ਨੇ ਆਪਣੀ ਮਾਂ ਦਾ ਕਤਲ ਇੱਟਾਂ ਮਾਰ ਮਾਰ ਕੇ ਕਰ ਦਿੱਤਾ, ਮਾਂ ਦੇ ਇੰਨੀ ਜ਼ਿਆਦਾ ਇੱਟਾਂ ਮਾਰੀਆਂ ਸਿਰ ਦੇ ਵਿੱਚ ਕਿ ਮਾਂ ਦਾ ਖੂਨ ਇੰਨਾ ਜ਼ਿਆਦਾ ਵਹਿ ਗਿਆ ਕਿ ਮਾਂ ਬਚ ਨਾ ਸਕੀ, ਅਤੇ ਦੂਜਾ ਪੁੱਤ ਮਾਂ ਦਾ ਅਪਾਹਜ ਹੈ ਜਿਸ ਕਰਕੇ ਉਹ ਨਾ ਹੀ ਮਾਂ ਦਾ ਪੋਸਟਮਾਰਟਮ ਕਰਵਾ ਪਾ ਰਿਹਾ ਅਤੇ ਨਾ ਹੀ ਸੰਸਕਾਰ। ਕਤਲ ਕਰਨ ਵਾਲਾ ਮੁੰਡਾ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। ਦਰਅਸਲ ਮਾਂ ਦੇ ਦੋ ਪੁੱਤ ਸਨ, ਇੱਕ ਪੁੱਤ ਕਪੁੱਤ ਨਿਕਲਿਆ ਅਤੇ ਦੂਜਾ ਅਪਾਹਜ। ਤੁਹਾਨੂੰ ਦੱਸ ਦਈਏ ਕਿ ਜਿਸਨੇ ਕਤਲ ਕੀਤਾ ਹੈ ਉਹ ਦਿਹਾੜੀਦਾਰ ਹੈ, ਉਹ ਮੁੰਡਾ ਦਿਹਾੜੀਆਂ ਲਾਉਂਦਾ ਹੈ। ਜਿਸ ਮੁੰਡੇ ਨੇ ਆਪਣੀ ਮਾਂ ਦਾ ਕਤਲ ਕੀਤਾ ਜਦ ਉਹ ਦਿਹਾੜੀ ਕਰਕੇ ਘਰ ਵਾਪਸ ਪਰਤਿਆ ਤਾਂ ਅਪਾਹਜ ਬੇਟਾ ਅਤੇ ਉਸਦੀ ਮਾਂ ਨਵੇਂ ਇਨਵੇਟਰ ਲਿਆਈ ਸੀ ਘਰ 'ਚ। ਬਸ ਇਨਵੇਟਰ ਦੇਖ ਕੇ ਮੁੰਡੇ ਨੂੰ ਗੁੱਸਾ ਆ ਗਿਆ। ਉਸਦਾ ਕਹਿਣਾ ਇਹ ਸੀ ਕਿ ਮੈਂ ਮਜ਼ਦੂਰੀ ਕਰਦਾ ਅਤੇ ਤੁਸੀਂ ਪੈਸੇ ਇੰਝ ਉਡਾ ਰਹੇ ਹੋ, ਇਨਵੇਟਰ 'ਤੇ ਪੈਸੇ ਖਰਚਣ ਦੀ ਕੀ ਲੋੜ ਸੀ। ਜਿਸ ਤੋਂ ਬਾਅਦ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਮਾਂ 'ਤੇ ਇੱਟਾਂ ਨਾਲ ਵਾਰ ਕੀਤੇ ਅਤੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਰਦਾ ਤਾਂ ਹੋਈ ਕਿ ਉਹਨੂੰ ਪਹਿਲਾਂ ਮੈਂ ਮੰਜੇ 'ਤੇ ਬੈਠੇ ਸੀ, ਮਾਰਾ ਦੋਵੇਂ ਨੇ ਇੱਟ ਇਵੇਂ ਮਾਰੀ ਬੈਠੀ। ਕਿੰਨੇ ਇੱਟ ਕਿੰਨੇ ਮਾਰੇ? ਮੇਰੇ ਭਰਾ ਨੇ ਛੋਟੇ ਨੇ, ਅਮਰਜੀਤ। ਅਤੇ ਫਿਰ ਉਹ ਤੋਂ ਬਾਅਦ ਮਾਂ ਤਾਂ ਤੁਰ ਗਈ ਜਾਂਦੀ, ਵੀ ਐਵੇਂ ਲੜਾਈ 'ਚ ਕੀ ਲੈਣਾ। ਉਹਨੇ ਮਗਰੂ ਚੱਕਦਾ ਵੱਡੀ ਹਰੀ ਇੱਟ ਅਤੇ ਉਹ ਮਾਤਾ ਨੂੰ ਥੋੜ੍ਹੀ ਤੇਜ਼ ਭੱਜ ਗਈ, ਮਗਰੂ ਬਲੋ ਉਹਦੀ ਮਾਰੀ। ਮਾਂ ਤਾਂ ਐਵੇਂ ਬੁੱਧੀ ਮੁੰਡਾ ਨਸ਼ੇ ਕਰਦਾ ਸੀ, ਉਹਨੇ ਮਲ ਕਰਦਾ ਹੋਈ ਨਸ਼ੇ ਚੁੱਕੋ ਨਹੀਂ ਸੀਗਾ ਸੀ, ਜਦੋਂ ਉਹ ਨਸ਼ੇ ਕਰਦਾ ਸੀ ਉਹਨੇ ਮਲ ਦਾਰੂ ਪੀਂਦਾ ਸੀ, ਮਲ ਬਾਅਦ 'ਚ ਦਾਰੂ ਪੀ ਲਿਆ। ਉਹ ਕਿਹੜੇ ਪਿੰਡ ਦਾ ਹੈਗਾ? ਬਸ ਪਿੰਡ ਬਸ ਕਿਸ਼ਨੀਰ ਸਿੰਘ ਵਾਲ ਮਮਦੋਰ ਠਾੜ। ਵੀ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰਤਾ? ਹਾਂਜੀ। ਤੁਹਾਡਾ ਭਰਾ ਹੀ ਸੀ? ਹਾਂਜੀ, ਛੋਟਾ ਭਰਾ। ਕੀ ਨਾਂ ਤੁਹਾਡਾ? ਅਮਰਜੀਤ। ਉਹ ਭੈਣ ਹੈ ਪਿਆਰੋ ਮੇਰੀ। ਕਤਲ ਕਿਵੇਂ ਹੋਇਆ? ਕਤਲ ਅਸੀਂ ਤਾਂ ਪਿੱਛੇ ਵੀ ਰਾਤ ਨੂੰ ਕੀ ਨਾ ਕੀ ਇਹਦਾ ਇਹਦਾ ਕਤਲ ਡੈਡ ਬੋਡੀ ਆਈ ਆਪਣੇ ਕੋਲ ਫੀਮੇਲ ਦੀ 68 ਈਅਰਸ ਓਲਡ ਫੀਮੇਲ ਹੈ। ਨਾਮ ਉਹਦਾ ਪਿਆਰੋ ਬਾਈ ਦੱਸਿਆ, ਵਾਈਫ ਆਫ ਦਰਸ਼ਨ ਸਿੰਘ। ਉਹਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਲਈ ਆਈ ਹੈ। ਹਾਂਜੀ, ਐਜ਼ ਪਰ ਪੁਲਿਸ ਪੇਪਰ ਵੀ ਉਹਦੇ ਹਮਲਾ ਹੋਇਆ। ਹਾਂਜੀ। ਹਮਲਾ ਕਿਸਨੇ ਕੀਤਾ? ਹਮਲਾ ਨਹੀਂ, ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਤੇ ਅਭੀ ਪੋਸਟਮਾਰਟਮ ਹੋ ਗਿਆ? ਪੋਸਟਮਾਰਟਮ, ਹਾਂਜੀ, ਇਹਦੇ ਵਾਸਤੇ ਨਾ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ। ਮਰਡਰ ਦੀ ਹਿਸਟਰੀ ਦੇ ਰਹੇ ਹੈ ਅਤੇ ਉਹ ਆਪਣੇ ਕੋਲ ਹੁੰਦਾ ਨਹੀਂ ਹੈ, ਉਹ ਫਰੀਦਕੋਟ ਹੁੰਦੇ ਹੈ, ਤਾਂ ਕਰਕੇ ਉੱਥੇ ਹੋਏਗਾ ਪੋਸਟਮਾਰਟਮ। ਇਹ ਸਰ ਮਾਮਲਾ ਹੈਗਾ ਜੀ, ਧਾਨੀ ਕਸ਼ਮੀਰ ਸਿੰਘ ਵਾਲੀ ਸਾਡੇ ਮਦੋੜ ਥਾਣੇ 'ਚ ਪੈਂਦੀ ਹੈ ਜੀ। ਰਾਤ ਸਰ ਸਾਨੂੰ ਤਲਾਹ ਆਈ ਸੀ ਵੀ ਉਹਦੇ ਬੇਟੇ ਨੇ ਮਤਲਬ ਇਹਨੂੰ ਲੇਡੀ ਡੈਥ ਹੋ ਗਈ, ਮਤਲਬ ਮਾਰਤਾ। ਉਹ ਮੁਕੱਦਮਾ ਨੰਬਰ 35 ਅਸੀਂ ਦਰਜ ਕਰਕੇ 302 ਦਾ ਦਰਜ ਕੀਤਾ ਜੀ ਉਹਦੇ ਬੇਟੇ ਦੇ ਖਿਲਾਫ, ਅਤੇ ਤਫਤੀਸ਼ ਕਰ ਰਹੇ ਹਾਂ ਅਤੇ ਲਾਸ਼ ਦਾ ਇੱਥੇ ਪੋਸਟਮਾਰਟਮ ਕਰਾਉਣ ਵਾਸਤੇ ਆਏ ਸੀ, ਪਰ ਇਹਨਾਂ ਨੇ ਕਹਿੰਦੇ ਇੱਥੇ ਫੋਰੈਂਸਿਕ ਮਾਰ ਹੈ ਨਹੀਂ ਸਾਨੂੰ, ਅਤੇ ਅੱਗੇ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਰਹੇ ਜੀ ਸਰ, ਅਤੇ ਉੱਥੇ ਲੈ ਕੇ ਜਾ ਰਹੇ ਹਾਂ। ਸਰ, ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਦੋਂ ਸਿਰ 'ਤੇ ਇੱਟ ਮਾਰੀ ਹੈ ਦੱਸਿਆ ਜਾ ਰਿਹਾ? ਨਸ਼ਾ ਨਹੀਂ ਜੀ, ਮਿਹਨਤ ਮਜ਼ਦੂਰੀ ਕਰਕੇ ਕਹਿੰਦੇ ਘਰੋਂ ਆਇਆ ਸੀ, ਅਤੇ ਆਇਆ ਕਿਤੇ ਇਹਨਾਂ ਨੇ ਇਨਵਰਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਜੀ, ਇਹ ਘਰ ਦਾ ਮੁਖੀ ਸੀ, ਇਹਦਾ ਭਰਾ ਦੂਜਾ ਅੰਗਹੀਣ ਸੀ ਅਤੇ ਮਾਂ ਘਰੇ ਸੀ ਜੀ, ਅਤੇ ਉਹ ਕਿਤੇ ਇਸੇ ਗੱਲ ਤੋਂ ਗੁੱਸੇ ਹੋ ਗਿਆ ਉਹਦਾ ਮੁਖੀ, ਮੈਂ ਅਤੇ ਤੁਸੀਂ ਇਨਵਰਟਰ ਕਿਵੇਂ ਲੈ ਲਿਆ? ਬਸ ਇਸੇ ਗੱਲ ਤੋਂ ਕਿਤੇ ਉਹਨਾਂ ਨਾਲ ਝਗੜ ਪਿਆ, ਜਦੋਂ ਉਹਨਾਂ ਖੋ ਪਈ ਉਹ ਮਾਂ ਵਿਚਾਰੀ ਬਾਹਰ ਥੋੜ੍ਹਾ ਭੱਜੀ ਵੀ, ਗੁਆਂਢੀਆਂ ਦੇ ਘਰੇ ਵੜ ਜਾਂਦੇ, ਸਾਢੇ ਕੁ ਨੌ ਦਾ ਟਾਈਮ ਸੀ, ਇਹਨੇ ਅੱਠ ਚਲਾਵੀ ਚੁੱਕ ਕੇ ਮਾਰੀ ਜੀ ਉਹ ਵਿਚਾਰੇ ਸਿਰ 'ਤੇ ਵੱਜੀ।
ਇਸ ਕਰਕੇ ਉਸੇ ਯਕਦਮ ਉਹਦੀ ਮੌਤ ਹੋ ਗਈ। ਸਰ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਬੇਸਹਾਰਾ ਨੇ ਘਰ ਦੇ ਵਿੱਚ, ਮਤਲਬ ਹਾਲਾਤ ਇਹੋ ਜਿਹੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫਰੀ ਕੋਲ ਲੈ ਜਾਈਏ, ਤਾਂ ਇਹ ਵੀ ਇੱਕ ਮੰਗ ਕਰ ਰਹੇ ਕਿਸੇ ਦੀ ਕਿ ਸਾਨੂੰ ਲਾਸ਼ ਨੂੰ ਲਿਜਾਇਆ ਜਾਵੇ। ਇਹ ਤਾਂ ਚਲੇ ਸਰ ਕਹਿ ਰਹੇ, ਪਰ ਇਹ ਤਾਂ ਵੇਖੋ ਜੀ ਲੀਗਲ ਪ੍ਰਕਿਰਿਆ, ਇੱਥੇ ਫੋਰੈਂਸਿਕ ਸਾਇੰਸ ਦਾ ਮਾਹਰ ਹੈ ਜੀ ਡਾਕਟਰ ਕੋਈ ਵੀ ਜੀ, ਕੋਰਟਾਂ ਇਹਨਾਂ ਦੀ ਰਿਪੋਰਟ ਨਹੀਂ ਪਾਤੀ ਹੈ, ਇਸ ਕਰਕੇ ਉੱਥੇ ਮਾਹਰ ਹੈਗੇ ਜੀ, ਅਸੀਂ ਉੱਥੇ ਰੈਫਰ ਕੀਤਾ ਜੀ ਫਰੀਦਕੋਟ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਏ ਸੀ ਭੁਪਿੰਦਰ ਸਿੰਘ।